ਬੀਜੇਪੀ ਗਵਰਨਮੈਂਟ ਨੇ ਜੋ ਆਪ ਦਾ ਵਾਈਸ ਟ੍ਰਾਂਸਫਰ ਇੱਥੇ ਲਾਇਆ ਉਹ ਆਰਐਸਐਸ ਦੀਆਂ ਜਿਹੜੀਆਂ ਪਾਲਿਸੀਆਂ ਉਹਨੂੰ ਲਾਗੂ ਕਰ ਰਿਆ ਤੇ ਜੋ ਐਜੂਕੇਸ਼ਨ ਦਾ ਜਿਹੜਾ ਮਿਆਰ ਦਿਨੋ ਦਿਨ ਨੀਚੇ ਸਿੱਟ ਰਿਹਾ ਹੈ। ਆਪ ਦੇ ਵੀਸੀ ਹਾਊਸ ਦੇ ਉੱਪਰ ਤ੍ਰਿਸ਼ੂਲ ਲਗਾ ਕੇ ਉਹ ਸ਼ਿਵਰ ਅਟੈਂਡ ਕਰਨ ਜਾਂਦੇ ਆਰਐਸਐਸ ਦੇ ਤਾਂ ਉਹ ਸਟੂਡੈਂਟਸ ਦੇ ਵਿੱਚ ਉਹਦੇ ਇੱਕ ਬੜਾ ਹੋਰ ਤਰ੍ਹਾਂ ਦਾ ਮਤਲਬ ਮੈਸੇਜ ਜਾਂਦਾ ਹੈ। ਫਿਰ ਇਹਨਾਂ ਨੇ ਇੱਕ ਵਾਰੀ ਅੱਗੇ ਉਹਨੂੰ ਪੋਸਟਪੋਨ ਕੀਤਾ ਹੁਣ ਕੋਰਟ 'ਚ ਵੀ ਕੇਸ ਚੱਲ ਰਿਹਾ ਜੀ ਤੇ ਬਰਾਬਰ ਹੀ ਪ੍ਰੈਸ਼ਰ ਬਣਾਉਣ ਦੇ ਵਾਸਤੇ ਜਿਹੜਾ ਸਟੂਡੈਂਟਸ ਵੱਲੋਂ ਜਿਹੜਾ ਧਰਨਾ ਲਾਇਆ ਜਾ ਰਿਹਾ ਉਹਦੇ ਵਿੱਚ ਬਹੁਤ ਲੋਕ ਸ਼ਮੂਲੀਤ ਕਰਨੇ ਕਰ ਰਹੇ ਨੇ ਇੱਕ ਵਾਰ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਵੱਲੋਂ ਬੋਰਡ ਕਲਰ ਕੀਤੇ ਗਏ ਸਾਰੇ ਸਾਈਨ ਬੋਰਡ ਡਿਪਾਰਟਮੈਂਟਸ ਦੇ ਉਹਦੇ ਵਿੱਚ ਪੰਜਾਬੀ ਉੱਪਰ ਫਿਰ ਹਿੰਦੀ ਫਿਰ ਇੰਗਲਿਸ਼ ਲਿਖੀ ਹੋਈ ਸੀ ਪ੍ਰੋਪਰ ਵੇ ਨਾਲ ਬਿਲਕੁਲ ਨਵੇਂ ਤਾਜ਼ੇ ਬੋਰਡ ਲਿਖੇ ਸੀ ਫਿਰ ਉਹ ਇਹਨਾਂ ਦੇ ਦਿਮਾਗ 'ਚ ਆਇਆ ਕਿ ਇਹ ਕਿਵੇਂ ਅਸੀਂ ਤਾਂ ਪੰਜਾਬੀ ਉੱਪਰ ਲਿਖ ਬੈਠੇ ਫਿਰ ਇਹਨਾਂ ਨੇ ਉਹਦੇ 'ਚ ਦਵਾ ਦੁਬਾਰਾ ਫਰਮਾਨ ਕੱਢ ਕੇ ਉਹਨਾਂ ਨੂੰ ਕਿਹਾ ਕਿ ਨਹੀਂ ਪੇਂਟਰ ਨੂੰ ਕਿ ਸਾਰੇ ਇਹ ਪੇਂਟ ਚੇਂਜ ਕਰਕੇ ਉੱਪਰ ਹਿੰਦੀ ਫਿਰ ਪੰਜਾਬੀ ਫਿਰ ਇੰਗਲਿਸ਼ ਲਿਖੀ ਚੁੱਕੀ। ਥੋੜਾ ਵਿਧਾਨ ਸਭਾ ਦਾ ਵੀ ਇਲੈਕਸ਼ਨ ਆਉਣ ਵਾਲਾ ਹੈ। ਸਾਡੀਆਂ ਸਰਕਾਰਾਂ ਦੇ ਜਿਹੜਾ ਏਜੰਡੇ ਤੇ ਐਜੂਕੇਸ਼ਨ ਹੈ ਹੀ ਨਹੀਂ। ਜਿੰਦਾਬਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਮੈਂ ਅਮਰਵੀਰ ਸਿੰਘ ਅੱਜ ਅਸੀਂ ਪਹੁੰਚੇ ਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਲੰਬੇ ਸਮੇਂ ਤੋਂ ਵਿਦਿਆਰਥੀ ਸੰਘਰਸ਼ ਕਰ ਰਹੇ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਰਦਾਰ ਭੁਪਿੰਦਰ ਸਿੰਘ ਜੀ ਬਾਠ ਜੋ ਕਿ ਯੂਨੀਵਰਸਿਟੀ ਵਿੱਚ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਤੇ ਇੱਥੇ ਇਹ ਕਾਫੀ ਵਿਦਿਆਰਥੀਆਂ ਦੇ ਭਲੇ ਦੀ ਗੱਲ ਕਰਦੇ ਸੀਗੇ ਤੇ ਸੋ ਭੁਪਿੰਦਰ ਸਿੰਘ ਬਾਠਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡੇ ਦਰਸ਼ਕਾਂ ਦਾ ਵੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਜਦੋਂ ਇਨਾ ਮਸਲਾ ਗਰਮ ਹੋ ਗਿਆ ਜਿ ਯੂਨੀਵਰਸਿਟੀ ਦੇ ਸੈਨੇਟ ਚੋਣਾ ਮਲਤਵੀ ਕੀਤੀ ਜਾ ਰਹੀਆਂ ਬਾਰ-ਬਾਰ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਇਹਦੇ ਪਿੱਛੇ ਕਾਰਨ ਹੈ ਬਿਲਕੁਲ ਜੀ ਹੁਣ ਤਾਂ ਆਲਮੋਸਟ ਸਾਰੇ ਪੰਜਾਬ ਨੂੰ ਜਾਂ ਸਾਰੇ ਪੰਜਾਬੀਆਂ ਨੂੰ ਜੋ ਪੰਜਾਬ ਤੋਂ ਬਾਹਰ ਵੀ ਕਿਤੇ ਵਸਦੇ ਨੇ ਉਹਨਾਂ ਨੂੰ ਇਸ ਗੱਲ ਦਾ ਭਲੀ ਭਾਂਤੋਂ ਇਸ ਗੱਲ ਤੋਂ ਵਾਕਿਫ ਹੋ ਗਏ ਆ ਕਿ ਜਿਹੜਾ ਬੀਜੇਪੀ ਆਰਐਸਐਸ ਦਾ ਏਜੰਡਾ ਹੈ ਸਾਰੀਆਂ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਟਸ ਨੂੰ ਆਪਦੇ ਅੰਡਰਲੈਂਡ ਦਾ ਉਹੀ ਰੀਜ਼ਨ ਹੈ ਜੀ ਉਸੇ ਰੀਜ਼ਨ ਕਰਕੇ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬਣਤਰ ਹੈ ਜੀ ਸੈਨੇਟ ਦੀ ਇਹ ਬਹੁਤ ਮੈਂ ਦੱਸ ਦਿਆਂਗਾ ਦ ਬੜਾ ਸੋਹਣਾ ਇਹਦਾ ਇਹਦੀ ਬਣਤਰ ਹੈ ਜੀ ਇਹਦੇ ਚ ਇਲੈਕਟਡ ਜਿਹੜੇ ਰਿਪ੍ਰੈਜ਼ੈਂਟੇਟਿਵ ਪਲੱਸ ਜਿਹੜੇ ਨੋਮੀਨੇਟਡ ਦੋਨੇ ਤਰ੍ਹਾਂ ਦੀ ਜਿਹੜੀ ਸ਼ਮੂਲੀਅਤ ਹੁੰਦੀ ਹੈ ਤੇ ਇਹ ਜਿਵੇਂ ਪੰਜਾਬ ਦੇ ਵਿੱਚ ਵਿਧਾਨ ਸਭਾ ਹੁੰਦੀ ਹੈ ਐਮ ਐਲ ਏ ਪੰਜਾਬ ਸਟੇਟ ਦੇ ਜਿਹੜੇ ਫੇਰ ਜ ਉਹਨੂੰ ਰਨ ਕਰਦੇ ਇਸੇ ਤਰੀਕੇ ਐਜੂਕੇਸ਼ਨ ਦਾ ਜਿਹੜਾ ਵੀ ਪੰਜਾਬ ਯੂਨੀਵਰਸਿਟੀ ਦੇ ਅੰਡਰ ਜਿਹੜੇ ਵੀ ਕਾਲਜਿਸ ਨੇ ਜਾਂ ਜਿੱਥੇ ਵੀ ਪੰਜਾਬ ਯੂਨੀਵਰਸਿਟੀ ਦੇ ਰੀਜਨਲ ਸੈਂਟਰਸ ਨੇ ਉੱਥੇ ਪੰਜਾਬ ਯੂਨੀਵਰਸਿਟੀ ਆਪਦੀਆਂ ਪਾਲਿਸਿਸ ਕਿਵੇਂ ਉਹਨੂੰ ਲਾਗੂ ਕਰਦੀ ਕਿਹੜੇ ਕਾਲਜਾਂ ਨੂੰ ਪਰਮਿਸ਼ਨ ਦੇਣੀ ਕਿਹੜਿਆਂ ਦੀ ਰੱਦ ਕਰਨੀ ਕਿੰਨੇ ਕਿਹੜੇ ਕੋਰਸ ਕਿਹੜੇ ਸਿਲੇਬਸ ਹੋਣਗੇ ਉਹ ਸਾਰਾ ਕੁਝ ਸਾਡੀ ਸੈਨੇਟ ਤੇ ਸਿੰਡੀਕੇਟ ਨਿਰਧਾਰਤ ਕਰਦੀ ਹੈ ਜੀ ਉਹ ਸੈਨੇਟ ਦੇ ਵਿੱਚ ਨੋਮੀਨੇਸ਼ਨ ਵੀ ਹੁੰਦੀ ਹੈ ਉਹਦੇ ਵਿੱਚ ਇਲੈਕਸ਼ਨ ਵੀ ਹੁੰਦੇ ਹੁੰਦੇ ਆਡਡ ਕੈਟੇਗਰੀਜ਼ ਦੇ ਪਰ ਜਿਹੜੀ ਭਾਜੀਪੀ ਗਵਰਨਮੈਂਟ ਨੇ ਜੋ ਆਪ ਦਾ ਵਾਈਸ ਚਾਂਸਲਰ ਇੱਥੇ ਲਾਇਆ ਉਹ ਆਰਐਸਐਸ ਦੀਆਂ ਜਿਹੜੀਆਂ ਪਾਲਿਸਿਸ ਉਹਨੂੰ ਲਾਗੂ ਕਰ ਰਿਹਾ ਤੇ ਜੋ ਐਜੂਕੇਸ਼ਨ ਦਾ ਜਿਹੜਾ ਮਿਆਰ ਦਿਨੋ ਦਿਨ ਨੀਚੇ ਸਿੱਟ ਰਿਹਾ ਜੀ 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 ਤੁਸੀਂ ਜਿਵੇਂ ਕਿਹਾ ਕਿ ਸੈਨੇਟ ਦੀ ਚੋਣਾਂ ਬਹੁਤ ਜ਼ਰੂਰੀ ਨੇ ਯੂਨੀਵਰਸਿਟੀ ਦੇ ਵਾਸਤੇ ਪਰ ਇਹ बार-बार ਇਹਨਾਂ ਨੂੰ ਰੱਦ ਕੀਤਾ ਜਾ ਰਿਹਾ ਵੀ گاਂ ਤੋਂ گاਂ ਤਰੀਕਾਾਂ ਤਰੀਕ ਦਿੱਤੀ ਜਾ ਰਹੀ ਹੈ ਤੇ ਇਸ ਇਸ ਸੰਬੰਧ ਵਿੱਚ ਵਿਦਿਆਰਥੀਆਂ ਨੇ ਧਰਨਾ ਲਾਇਆ ਹੋਇਆ ਕਿ ਵਿਦਿਆਰਥੀ ਸਾਰੇ ਨੇ ਇਕੱਠੇ ਹੋ ਕੇ ਇਹ ਚੋਣਾਂ ਕਰਵਾਉਣ ਵਾਸਤੇ ਮੰਗਾ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿੰਨਾ ਕੁ ਜ਼ਰੂਰੀ ਹੈ ਵਿਦਿਆਰਥੀਆਂ ਨੂੰ ਇਸ ਮੋਰਚੇ ਵਿੱਚ ਇਕੱਠੇ ਹੋ ਕੇ ਡਟ ਕੇ ਖੜਨਾ ਬਿਲਕੁਲ ਜੀ ਜ਼ਰੂਰੀ ਹੈ ਕਿਉਂਕਿ ਪਿਛਲੇ 2-3 ਵਾਰ ਇਹਨਾਂ ਨੇ ਪਹਿਲਾਂ ਜਿਹੜੀਆਂ ਚੋਣਾ ਹਾਈ ਕੋਰਟ ਦੀ ਇੰਟਰਵੈਨਸ਼ਨ ਨਾਲ ਇਹ ਚੋਣਾ ਹੋ ਰਹੀਆਂ ਸੀ ਕਿਉਂਕਿ ਪਹਿਲਾਂ ਤਾਂ ਇਹ ਵਾਰ-ਵਾਰ ਕਦੀ ਕੋਵਿਡ ਦਾ ਬਹਾਨਾ ਲਾ ਕੇ ਕਦੀ ਕੋਈ ਹੋਰ ਬਹਾਨੇ ਲਾ ਕੇ ਇਹਨੂੰ ਡਿਲੇ ਕਰ ਰਿਆ ਸੀ ਡਿਲੇ ਵਾਰ-ਵਾਰ ਫਿਰ ਕੋਰਟ ਦੇ ਵਿੱਚ ਕੁਝ ਪ੍ਰੋਫੈਸਰ ਸਾਹਿਬਾਨ ਨੇ ਗੁਹਾਰ ਲਗਾਈ ਤੇ ਕੋਰਟ ਨੇ ਇਹਨਾਂ ਨੂੰ 2 ਮਹੀਨੇ ਦਾ ਟਾਈਮ ਦਿੱਤਾ ਕਿ ਤੁਸੀਂ 2 ਮਹੀਨੇ ਦੇ ਵਿੱਚ ਵਿੱਚ ਇਲੈਕਸ਼ਨ ਕਰਵਾਓ ਤਾਂ ਫਿਰ ਇਹਨਾਂ ਨੇ ਪਿਛਲੀ ਵਾਰ ਜਿਹੜੀ 18 ਅਗਸਤ ਦਾ ਇਲੈਕਸ਼ਨ ਦੀ ਡੇਟ ਸੀ ਉਹ ਦਿੱਤੀ ਪਰ ਉਹਦੇ ਚੋਂ ਫਿਰ ਇਹਨਾਂ ਨੇ ਕੋਈ ਬਹਾਨਾ ਲਾ ਕੇ ਕਿ ਨਹੀਂ ਸਾਨੂੰ ਜੀ ਸਕੂਲ ਪਰਮਿਸ਼ਨ ਨਹੀਂ ਦਿੱਤੀ ਪੋਲਿੰਗ ਸਟੇਸ਼ਨਸ ਬਣਾਉਣ ਦੀ ਤਾਂ ਫਿਰ ਇਹਨਾਂ ਨੇ ਇੱਕ ਵਾਰੀ ਅੱਗੇ ਉਹਨੂੰ ਪੋਸਟਪੋਨ ਕੀਤਾ ਹੁਣ ਉਹ ਕੋਰਟ 'ਚ ਵੀ ਕੇਸ ਚੱਲ ਰਿਹਾ ਜੀ ਤੇ ਬਰਾਬਰ ਹੀ ਪ੍ਰੈਸ਼ਰ ਬਣਾਉਣ ਦੇ ਵਾਸਤੇ ਜਿਹੜਾ ਸਟੂਡੈਂਟਸ ਵੱਲੋਂ ਜਿਹੜਾ ਧਰਨਾ ਲਾਇਆ ਜਾ ਰਿਹਾ ਉਹਦੇ ਵਿੱਚ ਬਹੁਤ ਲੋਕ ਸ਼ਮੂਲੀਅਤ ਕਰਨੇ ਕਰ ਰਹੇ ਨੇ ਧਰਨੇ ਦਾ ਇੱਕ ਫਾਇਦਾ ਇਹ ਹੋ ਰਿਹਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਜਾ ਰਹੀ ਹੈ ਕਿ ਲੋਕਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਸੈਨੇਟ ਦਾ ਇਲੈਕਸ਼ਨ ਰੱਦ ਹੋਇਆ ਉਹਦੀ ਉਹ ਕਿਉਂ ਰੱਦ ਹੋਇਆ ਉਹਦੀ ਭਾਵਨਾ ਸਾਰੀ ਉਹ ਪੰਜਾਬੀਆਂ ਦੇ ਵਿੱਚ ਜਾ ਰਹੀ ਹੈ ਤੇ ਪੰਜਾਬ ਦੇ ਲੋਕ ਇਸ ਵਾਸਤੇ ਅਵੇਅਰ ਹੋ ਰਹੇ ਨੇ ਆਪਦੇ ਹੱਕਾਂ ਬਾਬਤ ਜੀ ਜੀ ਜਦੋਂ ਵੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਨਾਮ ਲੈਂਦੇ ਆ ਤੇ ਪੰਜਾਬ ਸ਼ਬਦ ਸਭ ਤੋਂ ਪਹਿਲਾਂ ਆਉਂਦਾ ਕਿੰਨਾ ਕੁ ਕਿੰਨੀ ਕਾਇਮ ਇਹ ਦਿੰਦੇ ਆ ਯੂਨੀਵਰਸਿਟੀ ਵਾਲੇ ਪੰਜਾਬੀ ਨੂੰ ਕਿ ਪ੍ਰਾਣੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਹੋਈ ਹੋਵੇ ਜਿਹਦੇ ਵਿੱਚ ਪੰਜਾਬੀ ਨੂੰ ਹਾਂਜੀ ਬਹੁਤ ਲੋਕ ਜਿਹੜੇ ਉਹ ਕਈ ਵਾਰੀ ਇਸ ਤਰ੍ਹਾਂ ਸੋਚ ਲੈਂਦੇ ਆ ਕਿ ਇਹ ਬੜਾ ਕਮਿਊਨਲ ਜਾਂ ਮੁੱਦਾ ਹੈ ਐਵੇਂ ਕਈ ਲੋਕ ਚੱਕਦੇ ਆ ਕਿ ਪੰਜਾਬੀ ਨੂੰ ਇੰਜ ਕੀ ਖਤਰਾ ਪੰਜਾਬ ਦੇ ਵਿੱਚ ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਵੇਂ ਪਹਿਲਾਂ ਵੀ ਆਪਣੀ ਗੱਲ ਹੋ ਰਹੀ ਸੀ ਕਿ ਇਹ ਕਈ ਵਾਰ ਨਾ ਇੱਥੇ ਇਹਨਾਂ ਦੇ ਦਿਮਾਗ 'ਚ ਕਈ ਚੀਜ਼ਾਂ ਐਵੇਂ ਦੀਆਂ ਬੜੀਆਂ ਪਾਲਸੀ ਦੇ ਤਰੀਕੇ ਕੰਮ ਕਰਦੀਆਂ ਨੇ ਜਿਨ੍ਹਾਂ ਨੂੰ ਉਦੋਂ ਹੀ ਵਚਨਾ ਬਹੁਤ ਜ਼ਰੂਰੀ ਹੁੰਦਾ ਇੱਕ ਵਾਰ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਵੱਲੋਂ ਬੋਰਡ ਕਲਰ ਕੀਤੇ ਗਏ ਸਾਰੇ ਸਾਈਨ ਬੋਰਡ ਡਿਪਾਰਟਮੈਂਟਸ ਦੇ ਉਹਦੇ ਵਿੱਚ ਪੰਜਾਬੀ ਉੱਪਰ ਫਿਰ ਹਿੰਦੀ ਫਿਰ ਇੰਗਲਿਸ਼ ਲਿਖੀ ਹੋਈ ਸੀ ਪ੍ਰੋਪਰ ਵੇ ਨਾਲ ਬਿਲਕੁਲ ਨਵੇਂ ਤਾਜ਼ੇ ਬੋਰਡ ਲਿਖੇ ਸੀ ਫਿਰ ਉਹ ਇਹਨਾਂ ਦੇ ਦਿਮਾਗ ਚ ਆਇਆ ਕਿ ਇਹ ਕਿਵੇਂ ਅਸੀਂ ਤਾਂ ਪੰਜਾਬੀ ਉੱਪਰ ਲਿਖੇ ਬੈਠੇ ਫਿਰ ਇਹਨਾਂ ਨੇ ਉਹਦੇ ਚ ਦੁਬਾਰਾ ਫਰਮਾਨ ਕੱਢ ਕੇ ਉਹਨਾਂ ਨੂੰ ਕਿਹਾ ਕਿ ਨਹੀਂ ਪੇਂਟਰ ਨੂੰ ਕਿ ਸਾਰੇ ਇਹ ਪੇਂਟ ਚੇਂਜ ਕਰਕੇ ਉੱਪਰ ਹਿੰਦੀ ਫਿਰ ਪੰਜਾਬੀ ਫਿਰ ਇੰਗਲਿਸ਼ ਲਿਖੀ ਜਾਵੇ ਤਾਂ ਅਸੀਂ ਉਹ ਸਾਡੇ ਧਿਆਨ ਚ ਆਇਆ ਤਾਂ ਅਸੀਂ ਉਹ ਧਰਨਾ ਲਾ ਕੇ ਪਲੱਸ ਉਹਨਾਂ ਤੇ ਥੋੜਾ ਬੋਰਡਸ ਦੇ ਉੱਤੇ ਪੇਂਟ ਢੋਲ ਕੇ ਆਪਦਾ ਪ੍ਰਦਰਸ਼ਨ ਕਰਕੇ ਆਪਦਾ ਪ੍ਰੋਟੈਸਟ ਰਜਿਸਟਰਡ ਕਰਾ ਕੇ ਅਥਾਰਟੀ ਨੂੰ ਇਸ ਜੀ ਦੀ ਝੁਕਾਇਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਬੋਰਡਸ ਜਿਹੜੇ ਉਹ ਪੰਜਾਬੀ ਚ ਉੱਪਰ ਨੇ ਕੁਝ ਬੋਰਡ ਕਈ ਥਾਵਾਂ ਤੇ ਜਿਹੜੇ ਅਜੇ ਵੀ ਹਿੰ ਕਿ ਪੰਜਾਬੀ ਨੂੰ ਪਿੱਛੇ ਕੀਤਾ ਜਾਵੇ ਤੇ ਇਸ ਤਰ੍ਹਾਂ ਵੀ ਕੰਮ ਕਰਦੇ ਨੇ ਜੀ ਜੀ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈ ਦੋਸ਼ ਵੀ ਲੱਗ ਰਹੇ ਨੇ ਵੀਸੀ ਤੇ ਕਿ ਜਿਹੜੇ ਚਾਂਸ ਵਾਈਸ ਚਾਂਸਲਰ ਨੇ ਇੱਥੇ ਦੇ ਉਹ ਉਹਨਾਂ ਦਾ ਭਗਵਾ ਕਰਨ ਹੋ ਚੁੱਕਾ ਹੈ ਵੀ ਉਹਨਾਂ ਦੀ ਜਿਹੜੀ ਪੋਸਟ ਆ ਸੈਂਟਰ ਸਰਕਾਰ ਆਪਣੇ ਬੰਦੇ ਫਿੱਟ ਕਰ ਰਹੀ ਹੈ ਕਿੰਨੀ ਕਿ ਸੱਚਾਈ ਇਹਦੇ ਵਿੱਚ ਬਿਲਕੁਲ ਉਹ ਗੱਲ ਸੱਚ ਹੈ ਜੀ ਕਿ ਦੇਖੋ ਇਹ ਚ ਕੋਈ ਦੋਰਾਵਾ ਨਹੀਂ ਵਾਈਸ ਚਾਂਸਲਰ ਭਾਜੀਪੀ ਦੀ ਸਰਕਾਰ ਆਉਣ ਤੋਂ ਬਾਅਦ ਜਦੋਂ ਲਾਇਆ ਉਹਨਾਂ ਨੇ ਆਉਂਦੇ ਹੀ ਇਸ ਤੋਂ ਪਹਿਲਾਂ ਕਦੀ ਵੀ ਇਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਸਾਰੇ ਮਤਲਬ ਹਾਲਾਂਕਿ ਹਿੰਦੁਸਤਾਨ ਦਾ ਜਿਹੜੀ ਬਣਤਰ ਹੀ ਉਹ ਇਸ ਤਰ੍ਹਾਂ ਦੀ ਹੈ ਕਿ ਸਾਰੇ ਰੰਗਾਂ ਨਾਲ ਹੀ ਇਹ ਹਿੰਦੁਸਤਾਨ ਬਣਦਾ ਹੈ ਇੱਕ ਗੁਲਦਸਤਾ ਹਿੰਦੁਸਤਾਨ ਦਾ ਬਣਿਆ ਹੋਇਆ ਇਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੈਂਪਸ ਜਿਹੜਾ ਉਹ ਵੀ ਤਰ੍ਹਾਂ-ਤਰ੍ਹਾਂ ਦੇ ਇੱਥੇ ਹਿਮਾਚਲ ਦਾ ਸਟੂਡੈਂਟ ਵੀ ਹੈ ਜੀ ਇੱਥੇ ਹਰਿਆਣੇ ਦਾ ਵੀ ਇੱਥੇ ਪੰਜਾਬ ਦਾ ਵੀ ਚੰਡੀਗੜ੍ਹ ਦਾ ਸਟੂਡੈਂਟ ਵੀ ਹੈ ਰਾਜਸਥਾਨ ਜੰਮੂ ਕਸ਼ਮੀਰ ਹਰ ਤਾਂ ਤਾਂ ਤੋਂ ਸਟੂਡੈਂਟਸ ਆਉਂਦੇ ਨੇ ਤੇ ਕਦੀ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ ਸੀ ਕਿ ਜਿਸ ਵਿੱਚ ਸਾਨੂੰ ਲੱਗੇ ਕਿ ਯਾਰ ਕਿਸੇ ਚੀਜ਼ ਨੂੰ ਕਿਸੇ ਨੂੰ ਪਿੱਛੇ ਸਿੱਟਿਆ ਜਾ ਰਿਹਾ ਪਰ ਜਦੋਂ ਤੋਂ ਵਾਈਸ ਚਾਂਸਲਰ ਆਰਐਸਐਸ ਨੇ ਭੇਜਿਆ ਉਹਨੇ ਆਉਂਦੇ ਹੀ ਆਪਦੇ ਵੀਸੀ ਹਾਊਸ ਦੇ ਉੱਪਰ ਤਿਰਸ਼ੂਲ ਲਗਾ ਕੇ ਉਹ ਸ਼ਿਵਰ ਅਟੈਂਡ ਕਰਨ ਜਾਂਦੇ ਆਰਐਸਐਸ ਦੇ ਤਾਂ ਉਹ ਸਟੂਡੈਂਟਸ ਦੇ ਵਿੱਚ ਉਹਦੇ ਇੱਕ ਬੜਾ ਹੋਰ ਤਰ੍ਹਾਂ ਦਾ ਮਤਲਬ ਮੈਸੇਜ ਜਾਂਦਾ ਸੋ ਕਿਸੇ ਵੀ ਵਿਦਿਆ ਵਿਦਿਅਕ ਸੰਸਥਾ ਦਾ ਜਿਹੜਾ ਮੁਖੀ ਆ ਉਹਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰਕੇ ਉਹਨੂੰ ਇੱਕ ਸੈਕੂਲਰ ਵੇ ਨਾਲ ਕੰਮ ਕਰਨਾ ਚਾਹੀਦਾ ਜਿਹੜਾ ਕਿ ਐਜੂਕੇਸ਼ਨ ਦੇ ਲਈ ਇਸ ਖੇਤਰ ਦੇ ਵਿੱਚ ਜਿਹੜਾ ਜਿਹਦੀ ਕੋਈ ਅਹਿਮੀਅਤ ਹੋਵੇ ਜਿਹਦਾ ਕੋਈ ਯੋਗਦਾਨ ਹੋਵੇ ਸੋ ਜਿਹੜਾ ਜਿਹੜੀ ਗੱਲ ਤੁਸੀਂ ਕੀਤੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀਆਂ ਨੂੰ ਉਹ ਬਿਲਕੁਲ ਸਹੀ ਗੱਲ ਹੈ ਕਿ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਜੇ ਆਕੜੇ ਕੱਢੋਗੇ ਤਾਂ ਆ ਪੰਜਾਬੀਆਂ ਨੂੰ ਇਕੱਲੇ ਪੰਜਾਬ ਯੂਨੀਵਰਸਿਟੀ ਚ ਨਹੀਂ ਬਾਕੀ ਕਾਲਜ ਦੇ ਵਿੱਚ ਵੀ ਤੁਸੀਂ ਦੇਖੋਗੇ ਕਾਲਜ ਬਚਾਓ ਮੰਚ ਸਰਕਾਰੀ ਕਾਲਜ ਬਣਾਓ ਬਚਾਓ ਮੰਚ ਵੀ ਇੱਕ ਚੱਲ ਰਿਹਾ ਉਹ ਵਿਚਾਰੇ ਬਹੁਤ ਸੋਹਣੀ ਆਵਾਜ਼ ਬੁਲੰਦ ਕਰ ਰਹੇ ਨੇ ਲੋਕਾਂ ਨੂੰ ਵੇਅਰ ਕਰ ਰਹੇ ਨੇ ਤੁਸੀਂ ਉਹਨਾਂ ਦੇ ਆਕੜੇ ਦੇਖੋ ਪੰਜਾਬੀਆਂ ਨੂੰ ਤਾਂ ਬਿਲਕੁਲ ਕਾਲਜਸ ਦੇ ਵਿੱਚ ਪੋਸਟਾਂ ਹੀ ਹੈ ਨਹੀਂ ਮਤਲਬ ਭਰ ਹੀ ਨਹੀਂ ਰਏ ਜਿਹੜੀਆਂ ਹੈਗੀਆਂ ਨੇ ਉਹ ਵੀ ਨੌਨ ਪੰਜਾਬੀਜ਼ ਨੇ ਇਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਵੀ ਜਿਹੜੇ ਐ ਡਿਪਾਰਟਮੈਂਟਸ ਦੇ ਵਿੱਚ ਤੁਸੀਂ ਕਦੀ ਅੰਕੜੇ ਦੇਖੋਗੇ ਤਾਂ ਉਹ ਪੰਜਾਬੀਆਂ ਨੂੰ ਖੁੱਡੇ ਲਾਈ ਨਹੀਂ ਲਾਇਆ ਜਾ ਰਿਹਾ ਜਿਵੇਂ ਕਿ ਦੇਖਦੇ ਹਾਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੋਵੇ ਪਾਵੇਂ ਯੂਨੀਵਰਸਿਟੀ ਆਫ ਪੰਜਾਬੀਜ਼ ਯੂਨੀਵਰਸਿਟੀ ਇਹ ਦੋਨੇ ਯੂਨੀਵਰਸਟੀਆਂ ਦੇ ਵਿੱਚ ਸਿੱਖਿਆ ਦੇ ਸਿੱਖਿਆ ਦੇ ਮर्याਦ ਨੂੰ ਲੈ ਕੇ ਬਹੁਤ ਸਾਰੇ ਚਰਚਾ ਹੁੰਦੀ ਰਹਿੰਦੀ ਆ ਰੌਲਾ ਵੀ ਪੈਂਦਾ ਰਹਿੰਦਾ ਹੈ ਕਿ ਕਦੀ ਉਹ ਜਿਵੇਂ ਪੰਜਾਬੀਜ਼ ਯੂਨੀਵਰਸਿਟੀ ਆ ਉਹ ਕਰਜ਼ੇ ਹੇਠਾਈ ਹੋਈ ਆ ਸੋ ਪੰਜਾਬ ਦੇ ਵਿੱਚ ਸਿੱਖਿਆ ਦਾ ਕਾਰਨ ਇਹੀ ਹੈ ਜੀ ਕਿ ਤੁਸੀਂ ਦੇਖੋ ਕਿ ਹੁਣ ਵਿਧਾਨ ਸਭਾ ਦਾ ਵੀ ਇਲੈਕਸ਼ਨ ਆਉਣ ਵਾਲਾ ਹੈ ਸਾਡੀਆਂ ਸਰਕਾਰਾਂ ਦੇ ਜਿਹੜਾ ਏਜੰਡੇ ਤੇ এডੂਕੇਸ਼ਨ ਹੈ ਹੀ ਨਹੀਂ ਜੀ এডੂਕੇਸ਼ਨ ਲਈ ਉਹ ਕਿੰਨਾ ਬਜਟ ਰੱਖਦੇ ਆ ਬਹੁਤ ਥੋੜਾ ਬਜਟ এডੂਕੇਸ਼ਨ ਲਈ ਰੱਖਦੇ ਆ ਹੁਣ ਸਾਡੀ ਇਸ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰ ਲਈ ਜਾਵੇ ਹੁਣ ਧਰਨੇ ਤੇ ਤਰ੍ਹਾਂ ਹਰ ਪਾਰਟੀ ਦਾ ਦੇ ਜਿਹੜੇ ਨੁਮਾਇੰਦੇ ਆ ਕੇ ਆਪਣੀ ਆਪਣੀ ਗੱਲ ਤਾਂ ਰੱਖ ਜਾਂਦੇ ਆ ਪਰ ਮੈਂ ਇੱਥੇ ਕਹਿਣਾ ਚਾਹੁੰਗਾ ਕਿ ਪੰਜਾਬ ਯੂਨੀਵਰਸਿਟੀ ਦਾ ਇਹ ਹਾਲ ਕਰਨ ਦੇ ਵਿੱਚ RSS BJP ਤੋਂ ਬਿਨਾ ਸਾਡੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਆ ਉਹ ਬਰਾਬਰ ਦੀਆਂ ਭਾਗੀਦਾਰ ਆ 60 40 ਦੀ ਰੇਸ਼ੋ ਨਾਲ ਜਿਹੜਾ ਇੱਥੇ ਪੰਜਾਬ ਸਰਕਾਰ ਨੇ ਆਪਦਾ ਇਹਦੇ ਵਿੱਚ ਯੋਗਦਾਨ ਪਾਉਣਾ ਹੁੰਦਾ ਫਾਈਨੈਂਸ਼ਲੀ ਵੀ ਤੇ ਉਹ ਉਹ ਪਾਉਂਦੇ ਹੀ ਨਹੀਂ ਉਹ ਤਰਲੇ ਕਰਕੇ ਘੱਟ ਪਾਉਂਦੇ ਆ ਬਹੁਤ ਡਿਲੇ ਕਰਕੇ ਪਾਉਂਦੇ ਆ ਪੂਰਾ ਨਹੀਂ ਪਾਉਂਦੇ ਉਹ ਉਹ ਡੈਫੀਸਿਟ ਰਹਿੰਦਾ ਹੀ ਹੈ ਜੀ ਹਮੇਸ਼ਾ ਸੋ ਇਹ ਜਿਹੜਾ ਹਾਲ ਹੈ ਇਹਦੇ ਇਹਦੇ ਲਈ ਸਾਡੀਆਂ ਪਿਛਲੀਆਂ ਸਰਕਾਰਾਂ ਵੀ ਉਨੀਆਂ ਬਰਾਬਰ ਦੀਆਂ ਜ਼ਿੰਮੇਵਾਰ ਆ ਇਹਨਾਂ ਨੂੰ ਆਪਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਜਿਹੜੇ ਹੁਣ ਆਉਣ ਵਾਲੇ ਇਲੈਕਸ਼ਨਸ ਨੇ ਉਹਦੇ ਵਿੱਚ ਆਪਦੇ ਏਜੰਡੇ ਦੇ ਵਿੱਚ ਇਹਨਾਂ ਨੂੰ ਐਜੂਕੇਸ਼ਨ ਦਾ ਬਜਟ ਵਧਾਉਣਾ ਚਾਹੀਦਾ ਆਪਦੀਆਂ ਪਾਲਿਸੀਆਂ ਦੱਸਣੀਆਂ ਚਾਹੀਦੀਆਂ ਕਿ ਅਸੀਂ ਕਿਸ ਤਰ੍ਹਾਂ ਨਾਲ ਰੋਜ਼ਗਾਰ ਦੇਵਾਂਗੇ ਸਟੂਡੈਂਟਸ ਨੂੰ ਹੁਣ ਤੁਸੀਂ ਦੇਖੋ ਬੱਚੇ ਜੋ ਨੌਜਵਾਨ ਨੇ ਉਹ ਪੜ੍ਹੇ ਲਿਖੇ ਨੇ ਤੇ ਪੜ੍ਹੇ ਲਿਖੇ ਵੀ ਇਹਨਾਂ ਨੇ ਵੀ ਪੀ ਐਚ ਡੀਆ ਕਰਕੇ ਵੀ ਵਿਹਲੇ ਬੈਠੇ ਨੇ ਉਹਨਾਂ ਕੋਲੇ ਕੋਈ ਰੋਜ਼ਗਾਰ ਹੀ ਨਹੀਂ ਸਾਰਾ ਜਿਹੜਾ ਬ੍ਰੇਨ ਡ੍ਰੇਨ ਹੋ ਰਿਹਾ ਲੋਕ ਬਾਹਰ ਭੱਜ ਰਹੇ ਨੇ ਜੇ ਇੱਥੇ ਕੋਈ ਸਾਡੇ ਸਟੂਡੈਂਟਸ ਨੂੰ ਜਾਂ ਸਾਡੇ ਵਿਦਿਆਰਥੀਆਂ ਨੂੰ ਸਾਡੇ ਨੌਜਵਾਨਾਂ ਨੂੰ ਜੇ ਇੱਥੇ ਕੋਈ ਰੋਜ਼ਗਾਰ ਦੀਆਂ ਕੋਈ ਓਪਰਚੁਨਿਟੀਆਂ ਹੋਣਗੀਆਂ ਤਾਂ ਕਿਉਂ ਬਾਹਰ ਜਾਣਗੇ ਉਹ ਆਪ ਦਾ ਕਿਸੇ ਦਾ ਜ਼ਿਕਰ ਤਾਂ ਜੀ ਆਪ ਦਾ ਘਰ-ਬਾਰ ਛੱਡ ਕੇ ਬਾਹਰ ਜਾ ਕੇ ਉੱਥੇ ਦਿਹਾੜੀਆਂ ਕਰਨ ਨੂੰ ਜੀ ਜੀ ਜਿਵੇਂ ਕਿ ਜੁਨੀਵਰਸਿਟੀ ਦਾ ਅੱਜ ਕੱਲ ਮਾਹੌਲ ਚੱਲ ਰਿਹਾ ਹੈ ਯੂਨੀਵਰਸਿਟੀ ਦਾ ਜੀ ਯੋਗਦਾਨ ਦੀ ਗੱਲ ਕਰੀ ਤੇ ਬਹੁਤ ਸਾਰਾ ਯੋਗਦਾਨ ਸਮਾਜ ਦੇ ਵਿੱਚ ਇਸ ਯੂਨੀਵਰਸਿਟੀ ਨੇ ਪਾਇਆ ਵੱਡੇ ਵੱਡੇ ਸਿਆਸਤਦਾਨ ਵੱਡੇ ਵੱਡੇ ਸਾਇੰਸਦਾਨ ਇੱਥੋਂ ਨਿਕਲ ਗਏ ਰਾਜਨੀਤਿਕ ਲੋਕ ਨਿਕਲ ਕੇ ਗਏ ਪਰ ਜਿਹੋ ਜਿਹਾ ਮਾਹੌਲ ਆ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਹੌਲ ਦੇ ਵਿੱਚ ਬਦਲਾਅ ਆ ਸਕਦਾ ਹੈ ਬਿਲਕੁਲ ਬੜਾ ਸੋਹਣਾ ਤੁਸੀਂ ਸਵਾਲ ਕੀਤਾ ਜੀ ਕੋਈ ਟਾਈਮ ਸੀ ਜਦੋਂ ਯੂਨੀਵਰਸਿਟੀ ਦੇ ਵਿੱਚ ਬਹਿਸ ਦੇ ਜਿਹੜੇ ਮੁੱਦੇ ਹੁੰਦੇ ਸੀ ਉਹ ਇਹ ਹੁੰਦੇ ਸੀ ਕਿ ਅਸੀਂ ਜਿਹੜੇ ਸਪੋਰਟਸ ਦੇ ਵਿੱਚ ਸਾਡੀ ਯੂਨੀਵਰਸਿਟੀ ਨੇ ਟਰੋਫੀ ਲਈ ਜਾਂ ਕੋਈ ਹੋਰ ਯੂਨੀਵਰਸਿਟੀ ਟਰੋਫੀ ਲੈ ਗਈ ਸਾਡੇ ਰਿਸਰਚ ਦਾ ਕੀ ਮਿਆਰ ਹੈ ਸਾਡੇ ਰਿਸਰਚਰਸ ਦਾ ਕੀ ਸਾਡੇ ਸਾਡੇ ਸਟੂਡੈਂਟਸ ਨੂੰ ਕਿਹੜੀਆਂ ਕੰਪਨੀਆਂ ਨੇ ਹਾਇਰ ਕੀਤਾ ਕਿ ਕੀ ਪੈਕੇਜ ਦੇ ਰਹੀਆਂ ਪਰ ਅੱਜ ਤੁਸੀਂ ਤੁਸੀਂ ਆਪਦੇ ਕੁਐਸਚਨਸ ਤੋਂ ਵੀ ਦੇਖ ਲਓ ਜਿਹੜਾ ਬਹਿਸ ਚੱਲ ਰਹੀ ਉਹਦੇ ਵਿੱਚ ਵੀ ਦੇਖ ਲਓ ਅਸੀਂ ਮੁੱਦਾ ਦੇ ਤੇ ਵਿੱਚ ਸਾਡੇ ਚ ਕੀ ਆ ਗਿਆ ਕਿ ਉਹ ਪੰਜਾਬੀ ਨੂੰ ਦਰਕਾਰ ਕਰ ਰਹੇ ਨੇ ਜੀ ਉਹ ਪੰਜਾਬੀਆਂ ਨੂੰ ਖੁੱਡੇ ਲਾਈਨ ਲਾ ਰਹੇ ਨੇ ਸੋ ਇਹਨਾਂ ਨੇ ਜਿਹੜਾ ਮਿਆਰ ਉਹ ਇੰਨਾ ਸਿੱਟਾ ਕਿ ਇੱਥੇ ਜਿਹੜੀ ਜਿਹੜੀ ਗੱਲ ਸੰਸਥਾ ਦੇ ਵਿੱਚ এডਿਕੇਸ਼ਨ ਇੰਸਟੀਟਿਊਟਸ ਦੇ ਵਿੱਚ ਜਿਹੜੀ ਗੱਲ এডਿਕੇਸ਼ਨ ਦੀ ਹੋਣੀ ਚਾਹੀਦੀ ਆ ਉਹ ਹੋ ਹੀ ਨਹੀਂ پا ਰਹੀ ਜਿਹੜਾ ਜਿਹੜਾ ਇਹਨਾਂ ਦਾ ਇਹਨਾਂ ਨੇ ਸਾਰਾ ਕੁਝ ਡਾਇਵਰਟ ਕਰਕੇ ਮਤਲਬ ਉਹਨੂੰ ਡਿਲੂਟ ਕੀਤਾ ਸਾਰੇ ਸਿਸਟਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹ ਸਨ ਸਰਦਾਰ ਭਪਿੰਦਰ ਸਿੰਘ ਬਾਠ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਦੱਸਿਆ ਕਿ ਕਿਵੇਂ ਇਹਦੇ ਹਾਲਾਤ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਕੀ ਸਲੂਕ ਕੀਤਾ ਜਾ ਰਿਹਾ ਮਾਂ ਬੋਲੀ ਬਾਰੇ ਗੱਲਬਾਤ ਹੋਈ ਕੈਮਰਾਮੈਨ ਦੀਪ ਬਾਜਵਾ ਨਾਲ ਮੈਂ ਅਮਰਵੀਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ